हाँ जी किसान वीरो स्वागत है तुहाडा अपने यूट्यूब चैनल वावा डेयरी फार्म दे उत्ते। अज दी वीडियो विच आपां दो गब्बण बैणा सेल लई लैके आए जी, आओ पाउंदे आ वीर तेरे नाल डिटेल। वीर जी सति श्री अकाल, सत श्री अकाल जी। नाम ते एड्रेस बोल दो वीर। ना वीरे, मेरा धर्मेंद्र सिंह जी, पिंड अपना संधू कला, जिला बरनाला ते तहसील तपा जी। ठीक है वीरे, मोबाइल नंबर बोल दो। 6802 जी 1846 जी। 6802 1846 ये वीर दा कॉन्टैक्ट नंबर है। ਵੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠਦੇ ਨੇ, ਕਿੰਨੇ ਟਾਈਮ ਦੀ ਗੱਬਣ ਹੈ ਵੀਰੇ? 5 ਮਹੀਨੇ ਦੀ ਗੱਬਣ ਹੈਗੀ ਜੀ। ਚੈੱਕ ਪਾਸ ਹੈ ਵੀਰੇ? ਚੈੱਕ ਪਾਸ ਹੈਗੀ ਵੀਰੇ, ਕੋਈ ਵੀ ਆਪਦੀ ਤਸੱਲੀ ਕਰਾ ਕੇ ਲਿਜਾ ਠੀਕ ਹੈ ਵੀਰੇ। ਕਿਹੜੇ ਸੀਮਨ ਦੀ ਹੈ ਇਹ? ਵੀਰੇ ਡੈਨਮਾਰਕ 40-120 ਦੇ ਸੀਮਨ ਦੀ ਹੈਗੀ ਜੀ। ਗੱਬਣ ਕਿਹੜੇ ਤੋਂ ਹੈ ਵੀਰੇ? ABS ਦੇ ਅੰਡਾਈਵਰ ਤੋਂ ਵੀਰੇ। ਅੰਡਾਈਵਰ ਸੀਮਨ ਤੋਂ ਗੱਬਣ ਹੈ ਵੀਰੇ? ਟੈਗ ਟੂਬੇ ਦੇ ਕਾਹਦੇ ਪਾਏ ਵੇ ਆ? ਇਹ ਫਾਰਮ ਦੇ ਵੀਰੇ, ਫਾਰਮ ਦੇ ਉਹ ਟੈਗ ਤੇ ਇਹਦਾ ਜਿਹੜਾ ਰਿਕਾਰਡ ਆ ਉਹ ਹੈਗਾ ਲੱਗੇ ਲਿਖਿਆ ਹੋਇਆ ਟੋਕਨ ਨੰਬਰ ਤੇ। ਅੱਛਾ, ਇਹਦੇ ਉੱਪਰ ਹੀ ਲਿਖਿਆ ਹੋਇਆ ਟੋਕਨ ਨੰਬਰ ਦੇ। ਠੀਕ ਹੈ। ਫੇਸ ਕੁਆਲਿਟੀ ਚੰਗੀ ਆ, ਬਰੀਡ ਵਗੈਰਾ ਟੌਪ ਦੀ ਆ ਦੇਖ ਸਕਦੇ। ਗੱਬਣ ਕਿੰਨੇ ਮਹੀਨੇ ਦੀ ਦੱਸਿਆ ਵੀਰ? 5 ਮਹੀਨੇ ਦੀ। 5 ਮਹੀਨੇ ਦੀ ਗੱਬਣ, ਚੈੱਕ ਪਾਸ ਆ ਜੀ, ਤੇ ਝੋਲੀ ਝੋਲੀ ਦੀ ਬਹੁਤ ਚੰਗੀ ਆ ਜੀ। ਨੇੜ ਤੋਂ ਦਿਖਾਵਾਂਗੇ, ਕੱਲਾ ਕੱਲਾ ਨਿਕੜਵਾ ਥਾਣਾ ਜੀ ਤੇ ਮੁੱਠੀ ਵਾਲਾ ਥਣ ਤਿਆਰ ਕਰਦੀ ਆਉਂਦੀ ਆ ਜੀ। ਫਰੰਟ ਵਗੈਰਾ ਚੰਗਾ ਜੀ, ਆ ਦੇਖ ਸਕਦਾ ਨੇੜ ਤੋਂ ਪੂਰੀ ਟੌਪ ਦੀ ਕੁਆਲਿਟੀ ਆ। ਕੱਦ ਕਾਠ ਵੀ ਚੰਗਾ ਵੀਰ। ਕੀ ਰੇਟ ਰੱਖਿਆ ਦਾ ਜਾਇਜ਼? ਇਹਦਾ ਜੀ 32,000 ਜੀ। 32,000 ਮਾਨਤਾਨ ਕਰੋ? ਹਾਂਜੀ ਵੀਰੇ, ਮਾਨਤਾਨ ਹੋ ਗਈ। ਮਾਂ ਦਾ ਰਿਕਾਰਡ ਇਹਦਾ 33-34 ਕਿਲੋ ਦਾ ਸੀਗਾ ਜੀ। 33 ਤੋਂ 34 ਲੀਟਰ ਦੁੱਧ ਪਾਇਆ ਵਾ ਦੀ ਮਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ। ਹਾਂ, ਬਹੁਤ ਚੰਗੀ ਆ ਦੇਖ ਸਕਦਾ ਆਰਡਰ ਦੀ ਕੁਆਲਿਟੀ। ਬਾਲਟਲਾਂ ਬਹੁਤ ਪਈਆਂ, ਹਜੇ 4 ਮਹੀਨੇ ਪਏ ਆ। 4 ਮਹੀਨਿਆਂ ਨੂੰ ਆਰਡਰ ਦੀ ਕੁਆਲਿਟੀ ਪੂਰੀ ਟੌਪ ਦੀ ਬਣਾ ਲੈਣੀ ਆ। ਅੱਗੇ 2 ਨੰਬਰ ਦੇ ਵੀਰੇ, ਇਹ ਕਿੰਨੇ ਟਾਈਮ ਦੀ ਗੱਬਣ ਆ? ਇਹ 7 ਮਹੀਨੇ ਦੀ ਗੱਬਣ ਆ ਜੀ। 7 ਮਹੀਨੇ ਦੀ ਗੱਬਣ ਆ। ਕਿੰਨਾ ਕੁ ਦੁੱਧ ਪਾਇਆ? ਦੁੱਧ ਡਰਾਈ ਹੋਈ ਆ ਵੀਰੇ। 38-40 ਲੀਟਰ ਦੁੱਧ ਪਾਇਆ ਹੋਈ ਇਸ ਬੈਡ ਦਾ। 38-40 ਲੀਟਰ ਦੁੱਧ ਪਾਇਆ ਵਾ। ਹੁਣ ਕਿਹੜਾ ਸੂਆ ਸੂ ਗਿਆ ਇਹ ਵੀਰੇ? ਤੀਜਾ ਸੂਆ ਸੂ ਗਈ ਜੀ। ਤੀਜਾ ਸੂਆ ਸੂ ਗਈ, ਦੂਜੇ ਸੂਏ ਦਾ 38-40 ਵਾਟ ਵੈਟ ਦੇ ਸੀਮਨ ਦੀ ਬਾਈ ਖੁਦਾ ਕੀ ਬੈਡ ਇਹ। ਠੀਕ ਹੈ ਵੀਰੇ, ਇਹ ਵੀ ਇਸੇ ਫਾਰਮ ਚੋਂ ਆਈ ਵੀ ਹੈਗੀ। ਠੀਕ ਹੈ, ਤੇ ਅੱਗੇ ਸੈਗ ਦੇ ਇੰਪੋਰਟਡ ਸੀਮਨ ਤੋਂ ਗੱਬਣ ਆਈ ਵੀਰੇ। ਸੈਗ ਦੇ ਇੰਪੋਰਟਡ? ਹਾਂਜੀ, ਨਾਨ ਸੈਕਸਡ ਸੀਮਨ ਤੋਂ ਗੱਬਣ ਆਈ ਇਹ। ਠੀਕ ਹੈ ਵੀਰੇ, ਆ ਦੇਖ ਸਕਦੇ ਝੋਲੀ ਦੀਆਂ ਬਾਲਟਲਾਂ ਬਹੁਤ ਜ਼ਿਆਦਾ ਆ ਜੀ। ਦੁੱਧ ਤੋਂ ਡਰਾਈ ਹੋਈ ਵੀ ਆ। ਤੇ 7 ਮਹੀਨਿਆਂ ਦੀ ਹੈ ਵੀਰੇ? 7 ਮਹੀਨਿਆਂ ਦੀ। ਤੇ 2 ਮਹੀਨੇ ਬਾਕੀ ਰਹਿੰਦੇ ਆ। 2 ਮਹੀਨਿਆਂ ਨੂੰ ਇਹਨੇ ਆਰਡਰ ਦੀ ਕੁਆਲਿਟੀ ਪੂਰੀ ਟੌਪ ਦੀ ਬਣਾ ਲੈਣੀ ਆ। ਪੈਠਪੁੜੇ ਦੀ ਚੜਾਈ ਵੀਰੇ ਬਹੁਤ ਜ਼ਿਆਦਾ ਹੈਗੀ ਜਿਹੜੇ ਬੈਡ ਦੀ। ਪੈਠਪੁੜੇ ਦੀ ਚੜਾਈ ਦੇ ਜਾਣ ਜੰਦ ਬਹੁਤ ਜ਼ਿਆਦਾ ਹੈ। ਕੱਦ ਕਾਠ ਬਹੁਤ ਚੰਗਾ ਜੀ, ਆ ਦੇਖ ਸਕਦੇ ਨੇੜ ਤੋਂ ਕੁਆਲਿਟੀ ਚੰਗੀ ਆ। ਪ੍ਰਿੰਟ ਵਗੈਰਾ ਵੀ ਟੌਪ ਦਾ। ਤੇ ਕੀ ਰੇਟ ਰੱਖਿਆ ਵੀਰ ਧਰਮਿੰਦਰ ਦਾ? ਇਹਦਾ 47,000 ਜੀ। 47,000 ਮਾਨਤਾਨ ਕਰੋਗੇ? ਹਾਂਜੀ ਵੀਰੇ, ਮਾਨਤਾਨ ਕਰਾਂਗੇ ਜੀ ਮੌਕੇ ਤੇ ਜਾਇਜ਼ ਜੀ। 47,000 ਰੁਪਇਆ ਵੀਰ ਨੇ ਜਾਇਜ਼ ਰੇਟ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ। ਮਿਲਕ ਰਿਕਾਰਡ ਬਹੁਤ ਚੰਗਾ ਦੱਸਿਆ, ਬੈਡ ਚੰਗੀ ਆ ਜੀ। ਤੇ ਤਾਜ਼ੀ ਸੋਣ ਵਾਲੀ ਤਾਂ 1 ਲੱਖ ਤੋਂ ਬਾਹਰ ਵੇਗੂ ਹਨਾ ਵੀਰੇ? ਮੇਰੇ ਨਾਰਮਲ ਜੀ ਹੈਗੀ 1 ਲੱਖ ਤੋਂ ਬਾਹਰ ਦੀ। ਠੀਕ ਹੈ, ਵੱਡੀ ਵੱਡੀ ਬੈਡ ਹੈਗੀ। ਪੈਠਪੁੜੇ ਦੀ ਚੜਾਈ ਦੇਖ ਲਓ ਤੁਸੀਂ ਆਪ ਹੀ। ਹਾਂ ਇਸ ਬੈਡ ਪੂਰੀ ਫਾਰਮ ਵਾਲੀ ਬੈਡ ਆ ਜੀ, ਚੰਗੀ ਆ। ਚੋਲੀ ਚੋਲੀ ਪੂਰੀ ਫੁੱਲ ਹੁਣ ਪੂਰੇ ਵਧੀਆ ਚੱਲਦੇ ਵੀਰੇ। ਚਾਰੇ ਥਣ ਵੀਰੇ ਆਪਣੇ ਪਾਸ ਕਰਿਆ ਥੱਲੇ, ਓਕੇ ਆ ਜਾਵਾ। ਠੀਕ, ਕੋਈ ਆਪਦੀ ਤਸੱਲੀ ਕਰਕੇ ਲਿਜਾ ਸਕਦਾ। ਠੀਕ ਹੈ ਜੇ ਵੀਰੇ, ਦੋਵੇਂ ਕੋਈ ਇਕੱਠੀਆਂ ਹੀ ਲੈ ਜੇ ਮਾਨਤਾਨ ਚੰਗਾ ਕਰ ਦੋਗੇ? ਹਾਂਜੀ ਵੀਰੇ, ਚੰਗਾ ਮਾਨਤਾਨ ਹੋ ਜਾਊਗਾ ਜੀ। ਠੀਕ ਹੈ ਵੀਰੇ, ਤੇ ਜੇ ਕੋਈ ਜੋੜਾ ਇਕੱਠਾ ਹੀ ਲੈ ਜੂ ਵੀਰ, ਕਹਿੰਦਾ ਚੰਗਾ ਮਾਨਤਾਨ ਕਰ ਦਿਆਂਗੇ ਜੀ। ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ। ਥੈਂਕ ਯੂ ਜੀ ਵੈਰੀ ਮਚ।